ਪੁਰਾਤਨ ਬੋਲੀ ਨੂੰ ਅਲੋਪ ਹੁੰਦੀ ਜਾਂਦੀ ਹੈ, ਨੌਜਵਾਨ ਕਦੇ ਜਾਂਦੇ ਨੇ। ਨਿਹੰਗਾਂ ਸਿੰਘਾਂ ਵਿਚ ਅਜੇ ਵੀ ਪਰੰਪਰਾਵਾਂ ਪੁਰਾਤਨ ਬੋਲੀ ਦੀਆਂ ਚੱਲਦੀਆਂ ਨੇ, ਐਸੇ ਬਚਨ ਚੱਲਦੇ ਨੇ। ਇੱਕ ਵਾਰੀ ਬਾਬਾ ਬਿਧੀਚੰਦ ਜੀ, ਬਾਬਾ ਸੋਹਣ ਸਿੰਘ ਜੀ ਸਭਰਾਵਾ ਨਗਰ ਵਿਚ ਗਏ। ਬਾਬਾ ਜੀ ਕਹਿਣ ਲੱਗੇ ਸਿੰਘ ਬੈਠੇ ਆ ਗਰਮ ਜਲ ਬਣਾਓ। ਸਿੰਘ ਨੇ ਬੇਨਤੀ ਕੀਤੀ ਜੀ ਤੂੰ ਭੈਣੀ, ਬਾਬਾ ਜੀ ਕਹਿੰਦੇ ਸਰਬਰਸ ਪਾ ਲਓ। ਫਿਰ ਆ ਕੇ ਕਹਿਣ ਲੱਗਾ ਜੀ ਗਰਮ ਜਲ ਦਾ ਮਸਾਲਾ ਜਿਹੜਾ ਉਹ ਨੀ ਹੈਗਾ। ਤੇ ਬਾਬਾ ਜੀ ਕਹਿਣ ਲੱਗੇ ਸਦਾ ਗਲਾ ਵਰਤ ਲਓ। ਲਾਗੇ ਜਿਹੜੇ ਬੈਠੇ ਸੀ ਨਾ ਗਿਆਨੀ ਜਗਿੰਦਰ ਸੋਹਰਾ ਵਰਗੇ ਸਿਆਣੇ ਸਿੱਖ ਕਹਿਣ ਲੱਗੇ ਅੱਜ ਮੌਜ ਬਣੀ ਆ, ਅੱਜ ਬਾਬੇ ਸਾਨੂੰ ਤਾਂ ਪੂਰਾ ਰਜਾਉਣਗੇ ਨਾ। ਪਤਾ ਨੀ ਆਪ ਕਿਹੜੇ ਰਗੜੇ ਛਕਦੇ ਨੇ। ਦੋ ਲੋਜ ਬਾਬਾ ਜੀ ਨੇ ਵਰਤੇ, ਸਦਾ ਗਲਾਬ ਵਰਤ ਲੋ, ਚੁੱਪ ਪਾ ਲਓ, ਸਰਬਰਸ ਪਾ ਲਓ ਵਿਚ, ਚੁੱਪ ਨੀ ਹੈਗੀ। ਤੇ ਸਿੰਘ ਨੇ ਉਸੇ ਵੇਲੇ ਨਰਤਾ ਰੱਖਿਆ, ਝੰਡਾ ਪ੍ਰਜੰਡ ਕੀਤਾ, ਭਾਵ ਅਗਨੀ ਬਾਲੀ, ਪਾਣੀ ਦੇ ਵਿਚ ਚੁੱਪ ਖੰਡ ਦੀ ਥਾਂ ਤੇ ਨਿਹੰਗ ਸਿੰਘ ਖੰਡ ਨੂੰ ਚੁੱਪ ਕੀਤੇ ਸ਼ੂਗਰ ਨੂੰ। ਬਾਬਾ ਜੀ ਨੇ ਕਿਹਾ ਸਰਬਰਸ ਪਾ ਲਓ, ਪਾ ਲੂਣ ਪਾ ਲਓ, ਗਰਮ ਜਲ ਦਾ ਮਸਾਲਾ ਨੀ ਗਿਆ। ਸਦਾ ਗੁਲਾਬ ਕਹਿੰਦੇ ਕਿੱਕਰ ਦੇ ਸੱਕ ਨੂੰ, ਕਿੱਕਰ ਦਾ ਸਿੰਘ ਨੇ ਘੋੜਾ ਫੜਿਆ, ਕਿੱਕਰ ਦਾ ਸੱਕ ਡਾਹਿਆ ਦੇ ਵਿਚ ਸੁੱਟ ਦਿੱਤਾ। ਕਹਿੰਦਾ ਜੀ ਘੁੱਗਰ ਹਾਲਤ ਐਸੀ, ਅੱਜ ਲੰਗਰ ਦੇ ਵਿਚ ਸਮੁੰਦਰ ਦੀ ਘਾਟ ਆ ਗਈ ਆ। ਬਾਬਾ ਜੀ ਕਹਿੰਦੇ ਕੀ ਫਰਕ ਪੈਂਦਾ, ਬਰਾਨੇ ਪੱਕ ਜੋ ਕਿ ਦੁੱਧ ਨਾ ਵਰਤੋ। ਜਦੋਂ ਪਾਣੀ ਦੇ ਵਿਚ ਕਿੱਕਰ ਦਾ ਸੱਕ ਤੇ ਲੂਣ ਪਾ ਕੇ ਰਿੰਨ ਕੇ ਵਾਲ ਕੇ ਲਿਆਂਦਾ, ਜਿਹੜੀ ਨਵੀਂ ਫੌਜ ਸੀ ਉਹਨਾਂ ਪਹਿਲਾਂ ਵਾਟੇ ਕੇ ਰੱਖੇ, ਪਾਣੀ ਚ ਲੂਣ ਤੇ ਕਿੱਕਰ ਦਾ ਸੱਕ ਰਿੰਨ ਕੇ ਜਦੋਂ ਅੱਗੇ ਆ ਜਾਵੇ, ਅੰਦਰ ਹੀ ਸਾਫ਼ ਕਰਨਾ ਸੀ ਨਾ, ਘੁੱਟਾ ਭਰਨ ਤੇ ਅੱਗੇ ਲੱਗਣ। ਤੇ ਬਾਬਾ ਜੀ ਦਾ ਸੁਭਾਅ ਵੀ ਥੋੜਾ ਜਿਹਾ ਸਖ਼ਤ ਸੀ, ਕਹਿਣ ਲੱਗੇ ਸਿੰਘੋ ਗੁਰੂ ਕਾ ਲੰਗਰ ਛਕਣਾ ਹੀ ਪਵੇਗਾ, ਇਹ ਡੁੱਲਣਾ ਨਹੀਂ। ਜਿੰਨਾ ਜਿੰਨਾ ਤੁਸੀਂ ਲਿਆ ਹੈ ਨਾ, ਬਿਲਕੁਲ ਨਹੀਂ ਡੁੱਲਣਾ, ਇਹ ਚ ਭਲਾ ਹੋਵੇਗਾ। ਹੈ ਵੀ ਬੜੀ ਕਮਾਈ ਵਾਲੇ ਸਰ, ਬਹੁਤ ਵੱਡੀ ਕਮਾਈ, ਐਡੀ ਵੱਡੀ ਕਮਾਈ ਗੱਲ ਕਰਨ ਕਸਮ ਤੋਂ ਬਾਈ, ਬਹੁਤ ਵੱਡੀ ਕਮਾਈ ਵਾਲੇ ਸਨ।